ਕਿਹੜੇ ਸਟੂਡੈਂਟਸ ਨੂੰ ਵੀਜ਼ਾ ਮਿਲੂਗਾ, ਕਿਹਨਾਂ ਦੀ ਫਾਈਲ ਦਾ ਜਿਹੜੀ ਉਹ ਹਜੇ ਵੀ ਰਿਫਿਊਜ਼ਡ ਹੋਣਗੀਆਂ ਬਾਰ ਬਾਰ, ਅਤੇ ਇਹ ਚੀਜ਼ ਕਰਨ ਨਾਲ ਕੈਨੇਡੀਅਨ ਹਾਈ ਕਮਿਸ਼ਨ ਜਾਂ ਆਪਾਂ ਕਹੀਏ ਕੈਨੇਡੀਅਨ ਗਵਰਨਮੈਂਟ ਨੂੰ ਇਸ ਚੀਜ਼ ਦਾ ਕੀ ਫਾਇਦਾ ਹੋਇਆ। ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਪਹਿਲਾਂ SGS ਕੈਟੇਗਰੀ ਕਿਹੜੀ ਸੀ, ਜਿਨ੍ਹਾਂ ਦੇ 6 ਈਚ ਬੈਂਡ ਹੁੰਦੇ ਸੀਗੇ। ਪ੍ਰੀਵੀਅਸ ਐਜੂਕੇਸ਼ਨ 'ਚ 60% ਨੰਬਰ ਹੁੰਦੇ ਸੀ, GIC ਜਾਂਦਾ ਸੀ, ਇੱਕ ਸਾਲ ਦੀ ਫੀਸ ਜਾਂਦੀ ਸੀ। ਇਸ ਕੈਟੇਗਰੀ ਨੂੰ ਸਟੂਡੈਂਟ ਡਾਇਰੈਕਟ ਸਟ੍ਰੀਮ SDS ਕਿਹਾ ਜਾਂਦਾ ਸੀ। ਬਟ ਹੁਣ ਕੀ ਕਰਤਾ, ਜਿਹੜੀ ਨਵੀਂ ਅਪਡੇਟ ਹੈ ਉਹਦੇ ਵਿੱਚ ਜਿਨ੍ਹਾਂ ਦੇ PT ਦੇ ਵਿੱਚ 60 ਓਵਰਆਲ ਨੇ, ਪਹਿਲਾਂ PT ਵਾਲੀ ਕੈਟੇਗਰੀ ਨੂੰ ਨਾਨ SDS ਦੇ ਵਿੱਚ ਜਾਂ ਜਨਰਲ ਕੈਟੇਗਰੀ ਦੇ ਵਿੱਚ ਅਪਲਾਈ ਕੀਤਾ ਜਾਂਦਾ ਸੀ, ਬਟ ਹੁਣ ਜਿਹੜੀ ਨਵੀਂ ਅਪਡੇਟ ਹੈ ਉਹਦੇ ਵਿੱਚ PTE ਨੂੰ SDS ਦੇ ਵਿੱਚ ਇਨਕਲੂਡ ਕਰਤਾ। ਜਿਹੜੇ ਟੋਫਲ 83 ਓਵਰਆਲ ਹੈ ਉਹਨਾਂ ਨੂੰ ਵੀ SDS ਇਨਕਲੂਡ ਕਰਤਾ। IELTS ਦੇ ਵਿੱਚ 6 ਓਵਰਆਲ ਬੈਂਡ, ਇਸ ਕੈਟੇਗਰੀ ਨੂੰ ਵੀ ਹੁਣ SDS ਦੇ ਵਿੱਚ ਇਨਕਲੂਡ ਕਰਤਾ। ਮੀਨਸ ਕਿ ਨਾਨ SDS ਪਿੱਛੇ ਬਚਿਆ ਹੀ ਨਹੀਂ, ਜਿਨ੍ਹਾਂ ਨੇ ਇੱਕ ਸਾਲ ਦੀ ਫੀਸ ਨਹੀਂ ਭਰੀ ਉਹ ਨਾਨ SDS 'ਚ ਜਾਣਗੇ, ਉਸ ਤੋਂ ਇਲਾਵਾ ਹੋਰ ਕੁਝ ਬਚਿਆ ਹੀ ਨਹੀਂ। ਤਾਂ ਇਹਦੇ ਨਾਲ ਫਾਇਦਾ ਕੀ ਹੋਊਗਾ? ਫਾਇਦਾ ਇਹ ਹੋਊਗਾ ਕਿ ਜਿਹੜੇ ਸਟੂਡੈਂਟ ਪਹਿਲਾਂ UK ਦੀ ਫਾਈਲਸ ਅਪਲਾਈ ਕਰ ਰਹੇ ਸੀਗੇ 1 ਜਾਂ 2 ਮੋਡਿਊਲ 'ਚ 5.5 ਬੈਂਡ 'ਤੇ, ਜਾਂ PTE 'ਤੇ ਕੈਨੇਡਾ ਦੀ ਰਿਫਿਊਜ਼ਲ ਸੀਗੀ, ਉਹ ਵਾਲੇ ਸਟੂਡੈਂਟ ਹੁਣ ਕੈਨੇਡਾ 'ਚ ਅਪਲਾਈ ਕਰਨਗੇ।